ਸ਼ਾਨੀ ਸਾਹਿਬ ਤੁਸੀਂ ਕੁੱਪੀ ਦੇ ਵਿੱਚ ਕਿੰਨਾ ਕੁ ਪਾਣੀ ਪਾਉਂਦੇ ਹੋ? ਇਹ ਕੁੱਪੀ ਦੇ ਵਿੱਚ ਪਾ ਲਈਦਾ ਕੋਈ 2 ਕਿਲੋ। 2 ਕਿਲੋ? ਹਾਂਜੀ। ਤੇ ਦੁੱਧ ਕਿੰਨਾ ਹੁੰਦਾ ਜੇ ਵਿੱਚ? ਦੁੱਧ ਵਿੱਚ ਕੋ ਹੁੰਦਾ ਕੋ 5 ਕਿਲੋ। 5 ਕਿਲੋ ਦੁੱਧ? 2 ਕਿਲੋ ਦੁੱਧ ਪਾ ਕੇ ਤੈਨੂੰ ਜੇ ਨਾ ਤੁਸੀਂ 7 ਕਿਲੋ ਬਣਾ ਲੈਂਦੇ ਹੋ। ਹਾਂਜੀ ਸਹੀ ਹੈ, ਬਣਾਉਣਾ ਪੈਂਦਾ। ਤੇ ਤੁਹਾਨੂੰ ਅੱਲਾ ਕੋ ਡਰ ਨਹੀਂ ਲੱਗਦਾ? ਲੱਗਦਾ, ਦੁਨੀਆਦਾਰੀ ਦੇ ਨਾਲ ਨਾਲ। ਸਹੀ ਹੈ। ਤੇ ਕਿਉਂ ਮਿਲਾਵਟ ਵਾਲਾ ਦੁੱਧ ਕਿਉਂ ਵੇਚਦੇ ਹੋ? ਕੀ ਨਵਾਜ਼ ਸ਼ਰੀਫ ਸਾਹਿਬ ਨੂੰ ਡਰ ਲੱਗਦਾ? ਨਹੀਂ ਨਹੀਂ, ਪਿੱਛੋਂ ਮਹਿੰਗੀਆਂ ਕਰਦੇ ਆ। ਸਹੀ ਹੈ, ਮਹਿੰਗੇ ਕਰਦੇ ਆ। ਤੇ ਤੁਸੀਂ ਦੁੱਧ ਦਾ ਰੇਟ ਵਧਾ ਦੇਣਾ ਅੱਜ 2 ਨੰਬਰ ਤੇ ਨਾ ਨਾ 2 ਲੋਕਾਂ ਨੂੰ ਪਿਲਾਓ, ਲੋਕਾਂ ਦੇ ਬੱਚੇ ਬਿਮਾਰ ਹੋ ਜਾਣਗੇ। ਹਾਲਸ ਲੋਕਾਂ ਨੂੰ ਪੱਛਦੇ ਹੀ ਨਹੀਂ ਭਾਈ। ਇਹ ਵੀ ਗੱਲ ਤੁਸੀਂ ਠੀਕ ਕੀਤੀ ਹੈ। ਹਾਲਸ ਬੱਚਿਆਂ ਨੂੰ ਸਭ ਕੁਝ ਆਉਂਦੇ ਨੇ, ਉਹ ਤੁਸੀਂ ਕੋਈ ਦੁੱਧ ਦੇ ਵਿੱਚ ਪਾਊਡਰ ਪਾਉਂਦੇ ਹੋ, ਪੇਟ ਖਰਾਬ ਹੋ ਗਿਆ, ਇਸ ਤਰ੍ਹਾਂ ਹੋ ਗਿਆ, ਮੋਸ਼ਨ। ਤੁਸੀਂ ਆਪਣੇ ਕਾਰ ਵੀ ਪਾਣੀ ਵਾਲਾ ਦੁੱਧ ਹੀ ਲੈ ਕੇ ਜਾਂਦੇ ਹੋ? ਪਾਣੀ ਵਾਲਾ ਪਿਆਈਦਾ। ਸਹੀ, ਹਾਲਸ ਨਹੀਂ ਪੱਛਦਾ ਭਾਈ, ਹਾਲਸ ਸਾਨੂੰ ਆਪੀ ਨਹੀਂ ਪੱਛਦਾ। ਠੀਕ ਹੈ। ਤੇ ਇਹਦੇ ਚ ਵੀ ਪਾਣੀ ਪਾਇਆ ਜੇ? ਨਹੀਂ, ਹੋਰ ਇਹਦੇ ਤੇਜ਼ਾਬ ਪਾਇਆ, ਪਾਣੀ ਵੀ ਪਾਇਆ। ਇਹਦੇ ਚ ਕਿੰਨਾ ਪਾਣੀ ਪਾਇਆ ਤੁਸੀਂ? ਇਹਦੇ ਚ 1 ਲੀਟਰ। 1 ਲੀਟਰ ਹੈ? 2 ਬਾਲਟੀ ਕਿੰਨੇ ਲੀਟਰ ਦੀ ਜੇ? ਇਹ ਬਾਲਟੀ ਹੈ 7 ਲੀਟਰ ਦੀ। ਤੇ ਇਹਦੇ ਚ ਦੁੱਧ ਕਿੰਨਾ ਸਾ ਜੇ? 5 ਲੀਟਰ। ਸਹੀ ਹੈ। 5 ਲੀਟਰ ਦੁੱਧ ਦੇ ਵਿੱਚ 1 ਲੀਟਰ ਪਾਣੀ ਪਾਤਾ ਤੁਸੀਂ? ਇਹ ਗਾਈ ਦਾ ਪਤਲਾ ਤਾਂ ਆਸਤੇ। ਚਲੋ ਜੀ, ਹੈਰ ਹੋਏ ਤੁਹਾਡੀ।